ਦੋਸਤੋ ਹਰ ਵਾਰ ਦੀ ਤਰ੍ਹਾਂ ਹਾਜ਼ਰ ਹਾਂ ਤੁਹਾਡਾ ਆਪਣਾ ਪ੍ਰੋਗਰਾਮ ਲੈ ਕੇ ਮੁੱਦੇ ਦੇ ਨੇੜੇ ਮੇਰੀ ਹਰ ਵਾਰ ਕੋਸ਼ਿਸ਼ ਰਹਿੰਦੀ ਆ ਕਿ ਜਿਹੜੀ ਇਸ ਇੰਡਸਟਰੀ ਦੇ ਵਿੱਚ ਅਣਅਧਿਕਾਰਿਤ ਲੋਕਾਂ ਵੱਲੋਂ ਲੁੱਟ ਹੋ ਰਹੀ ਆ ਕਿਸੇ ਨਾ ਕਿਸੇ ਨਵੇਂ ਚਿਹਰੇ ਦੇ ਮਖੌਟੇ ਨੂੰ ਉਧੇੜ ਕੇ ਤੁਹਾਡੇ ਸਾਹਮਣੇ ਅਸਲੀਅਤ ਨੂੰ ਪੇਸ਼ ਕੀਤਾ ਜਾਵੇ ਸਾਡੇ ਪਿਆਰੇ ਸੱਜਣਾਂ ਵੱਲੋਂ ਕਾਫੀ ਭਰਮਾ ਹੁੰਗਾਰਾ ਇਸ ਪ੍ਰੋਗਰਾਮ ਨੂੰ ਮਿਲਿਆ ਅਤੇ ਕਾਫੀ ਅੱਛੇ ਵਿਊ ਔਨਲਾਈਨ ਵੀ ਮਿਲੇ ਅੱਜ ਮੇਰੇ ਨਾਲ ਇਸ ਮੰਚ 'ਤੇ ਬਿਰਾਜਮਾਨ ਨੇ ਇਸ ਇੰਡਸਟਰੀ ਦੇ ਬੜੇ ਹੀ ਹੋਣਹਾਰ ਸ਼ਖਸ ਮਿਸਟਰ ਹਨੀ ਵਾਲੀਆ ਜੀ ਜਿਨ੍ਹਾਂ ਨੇ ਬਹੁਤ ਸਾਰੇ ਇਮੀਗ੍ਰੇਸ਼ਨ ਕੰਸਲਟੈਂਟਾਂ ਨੂੰ ਪਿਛਲੇ ਇੱਕ ਦਹਾਕੇ ਤੋਂ ਵੱਖ ਵੱਖ ਚੈਨਲਾਂ ਦੇ ਜ਼ਰੀਏ ਤੁਹਾਡੇ ਰੂਬਰੂ ਕੀਤਾ ਔਰ ਦੂਸਰੀ ਤਰਫ ਮੇਰੇ ਨਾਲ ਨੇ ਸਾਡੇ ਬੜੇ ਸਤਿਕਾਰਯੋਗ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈਕੋਰਟ ਰਜਨੀਸ਼ ਕੇ ਜਿੰਦਲ ਜੀ ਸੋ ਦੋਸਤੋ ਅੱਜ ਆਪਾਂ ਦੋ ਮਾਹਿਰ ਸੱਜਣਾਂ ਦੇ ਨਾਲ ਇਸ ਇੰਡਸਟਰੀ ਦੇ ਬਾਰੇ ਹੋਰ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਹਨੀ ਜੀ ਮੈਂ ਤੁਹਾਨੂੰ ਪੁੱਛਣਾ ਚਾਹ ਰਿਹਾ ਕਿ ਜਿੱਦਾਂ ਇਸ ਇੰਡਸਟਰੀ ਦੇ ਵਿੱਚ ਆਮ ਹੀ ਗੱਲ ਹੁੰਦੀ ਆ ਕਿ ਬਹੁਤ ਸਾਰੇ ਏਜੰਟ ਆ ਜਿਹੜੇ ਉਹ ਆਮ ਲੋਕਾਂ ਦੇ ਨਾਲ ਠੱਗੀ ਕਰ ਰਹੇ ਆ ਬਹੁਤ ਸਾਰੀਆਂ ਦੁਕਾਨਾਂ ਬੜੀ ਜਲਦੀ ਖੁੱਲਦੀਆਂ ਅਤੇ ਲੋਕਾਂ ਦੀ ਹੱਕ ਖੂਨ ਪਸੀਨੇ ਦੀ ਕਮਾਈ ਲੈ ਕੇ ਇਹ ਫਰਾਰ ਹੋ ਜਾਂਦੇ ਆ ਜੀ ਤੁਸੀਂ ਇੱਕ ਦਹਾਕੇ ਤੋਂ ਇਸ ਇੰਡਸਟਰੀ ਦੇ ਵੱਖ ਵੱਖ ਲੋਕਾਂ ਨਾਲ ਜੁੜੇ ਹੋ ਜੀ ਬਿਲਕੁਲ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਆ ਕਿ ਉਹ ਕਿਹੜੇ ਲੋਕ ਆ ਜਿਹੜੇ ਭੱਜਦੇ ਆ ਕੋਈ ਇਹੋ ਜਿਹਾ ਬੰਦਾ ਤੁਹਾਨੂੰ ਮਿਲਿਆ ਇਸ ਦਹਾਕੇ ਦੇ ਦੌਰਾਨ ਪਹਿਲਾਂ ਤਾਂ ਜੀ ਮੈਂ ਜਿਹੜੇ ਵੀ ਮੱਦੇ ਦੇ ਨੇੜੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਤੁਹਾਡਾ ਵੀ ਧੰਨਵਾਦ ਕਰਦਾ ਤੁਸੀਂ ਬਹੁਤ ਵਧੀਆ ਪੁਆਇੰਟ ਚੁੱਕਿਆ ਹੋਇਆ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਜਦੋਂ ਅੱਜ ਤੋਂ ਮੈਂ 13 ਸਾਲ ਹੋ ਗਏ ਮੈਨੂੰ ਇਸ ਫੀਲਡ ਦੇ ਵਿੱਚ ਜਦੋਂ ਅਸੀਂ ਸਟਾਰਟ ਕੀਤਾ ਸੀਗਾ ਕੋਈ ਅਸੀਂ ਇਮੀਗ੍ਰੇਸ਼ਨ ਕੰਸਲਟੈਂਟ ਕਹਿੰਦੇ ਸੀ ਉਹਨਾਂ ਨੂੰ ਅਤੇ ਹੁਣ ਜਿਵੇਂ ਤੁਸੀਂ ਦੱਸੋ ਵੀ ਦੁਕਾਨਾਂ ਖੁੱਲੀਆਂ ਹੋਈਆਂ ਨੇ ਇਹ ਦੁਕਾਨਾਂ ਦਾ ਨਾਮ ਹੋ ਗਿਆ ਕਾਰਨ ਕੀ ਹੈ ਇਸ ਚੀਜ਼ ਪਿੱਛੇ ਇਹਨਾਂ ਨੂੰ ਦੁਕਾਨਾਂ ਕਿਉਂ ਕਿਹਾ ਜਾਂਦਾ ਇੱਕ ਇੱਕ ਕੁਆਲੀਫਾਈਡ ਕੰਸਲਟੈਂਟ ਅਤੇ ਠੱਗ ਏਜੰਟ ਦਾ ਕਿੰਨਾ ਫਰਕ ਹੋ ਗਿਆ ਉਹ ਲੋਕਾਂ ਨੂੰ ਕਿਉਂ ਠੱਗਿਆ ਜਾ ਰਿਹਾ ਹੈ ਪੈਸੇ ਦਾ ਲਾਲਚ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਅਨਐਜੂਕੇਟਡ ਹੋਣਾ ਲੋਕਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਕਮੀ ਹੈਗੀ ਹੈ ਅਸੀਂ ਸਿਰਫ ਕੰਸਲਟੈਂਟਸ ਨੂੰ ਗਲਤ ਨਹੀਂ ਕਹਿ ਸਕਦੇ ਲੇਕਿਨ ਸਾਰੇ ਕੰਸਲਟੈਂਟ ਵੀ ਸਹੀ ਨਹੀਂ ਹੈਗੇ ਉਹ ਵੀ ਪੈਸਾ ਕਮਾਉਂਦੇ ਨੇ ਕਿਤੇ ਨਾ ਕਿਤੇ ਉਹ ਸਾਡੇ ਕੋਲ ਕਾਫੀ ਸਾਡੇ ਦਰਸ਼ਕ ਵੀ ਨੇ ਕਾਫੀ ਸਾਡੇ ਜਿਹੜੇ ਹੈਗੇ ਨੇ ਦੋਸਤ ਮਿੱਤਰ ਵੀ ਨੇ ਜਿਨ੍ਹਾਂ ਨੂੰ ਅਸੀਂ ਦੇਖਿਆ ਕਿ ਸਾਹਮਣੇ ਕੰਮ ਦੇਖਦੇ ਦੇਖਦੇ ਵੀ ਯਾਰ ਇਹ ਤਾਂ ਬੜਾ ਵਧੀਆ ਸੌਖਾ ਕੰਮ ਹੈ ਇਹਨੂੰ ਅੱਜ ਕੱਲ੍ਹ ਪਤਾ ਨਹੀਂ ਸੌਖਾ ਕੰਮ ਕਿਉਂ ਕਹਿਣ ਲੱਗ ਗਏ ਨੇ ਲੋਕ ਵੀ ਅੱਛਾ ਦੁਕਾਨ ਖੁੱਲ੍ਹੀ ਆਪਣੀ ਦੁਕਾਨ ਜਿਹੜੀ ਤੁਸੀਂ ਨਾਂ ਲਿੱਤਾ ਵੀ ਕੋਈ ਵੀ ਦੁਕਾਨ ਹੈ ਕੋਈ ਪ੍ਰੋਪਰਟੀ ਦੀ ਦੁਕਾਨ ਸੀਗੀ ਕਿਸੇ ਵੀ ਤਰ੍ਹਾਂ ਦੀ ਦੁਕਾਨ ਸੀ ਕੋਈ ਕੱਪੜੇ ਦੀ ਦੁਕਾਨ ਸੀ ਕੋਈ ਹੋਟਲ ਸੀਗਾ ਉਹ ਅੱਜ ਦੀ ਡੇਟ ਦੇ ਵਿੱਚ ਇੱਕ ਟਰੈਵਲ ਏਜੰਟਾਂ ਦੀ ਦੁਕਾਨ ਬਣ ਚੁੱਕੀ ਹੈ ਇਹਦਾ ਕਾਰਨ ਇਹੀ ਹੈ ਵੀ ਲੋਕ ਇਹਦੇ ਵਿੱਚੋਂ ਜ਼ਿਆਦਾ ਠੱਗੇ ਜਾ ਰਹੇ ਨੇ ਠੱਗੀ ਆਪ ਕਾਫੀ ਲੋਕ ਮਰਵਾਉਂਦੇ ਨੇ ਕਾਫੀ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਅਲੱਗ ਅਲੱਗ ਐਡਵਰਟੀਜ਼ਮੈਂਟ ਦੇ ਆਧਾਰ 'ਤੇ ਠੱਗ ਲੈਂਦੇ ਨੇ ਵਾਲੀਆ ਸਾਹਿਬ ਇੱਥੇ ਮੈਂ ਐਡਵੋਕੇਟ ਸਾਹਿਬ ਦਾ ਵਿਚਾਰ ਜਾਨਣਾ ਚਾਹੂੰਗਾ ਜਿੱਦਾਂ ਵਾਲੀਆ ਸਾਹਿਬ ਨੇ ਦੱਸਿਆ ਵੀ ਲੋਕ ਖੁਦ ਵੀ ਜ਼ਿੰਮੇਵਾਰ ਨੇ ਠੱਗੀ ਮਰਵਾਉਣ ਦੇ ਲਈ ਅਤੇ ਬਤੌਰ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਸਰ ਵੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਵਿੱਚ ਤੁਹਾਡੇ ਕੋਲ ਕਾਫੀ ਲੋਕ ਆਉਂਦੇ ਆ ਐਜ਼ ਏ ਵਕੀਲ ਜਿਹੜੇ ਠੱਗੀ ਦਾ ਸ਼ਿਕਾਰ ਹੋ ਚੁੱਕੇ ਆ ਕਿ ਤੁਸੀਂ ਉਹਨਾਂ ਲੋਕਾਂ ਨੂੰ ਵੀ ਜ਼ਿੰਮੇਵਾਰ ਸਮਝਦੇ ਹੋ ਡੈਫੀਨੇਟਲੀ ਦਿਦਾਰ ਜੀ ਮੇਨ ਗੱਲ ਤਾਂ ਇਹ ਹੈ ਡਿਮਾਂਡ ਐਂਡ ਸਪਲਾਈ ਇਹ ਇੰਨਾ ਜ਼ਿਆਦਾ ਜੋ ਕਰੇਜ਼ ਹੋ ਗਿਆ ਬਾਹਰ ਜਾਣ ਦਾ ਕਿਸੇ ਵੀ ਤਰੀਕੇ ਨਾਲ ਚਾਹੇ ਉਹਦੇ ਡਾਕੂਮੈਂਟਸ ਚਾਹੇ ਉਹਦੀ ਕੁਆਲੀਫਿਕੇਸ਼ਨ ਉਹਦੀ ਰਿਕੁਆਇਰਮੈਂਟ ਜੋ ਹੈ ਕਿਸੇ ਅੰਬੈਸੀ ਦੀਆਂ ਪੂਰੀਆਂ ਹੁੰਦੀਆਂ ਜਾਂ ਨਹੀਂ ਅਕਸਰ ਸਾਨੂੰ ਇਹ ਵੀ ਦੇਖਣ ਨੂੰ ਮਿਲਦਾ ਹੈ ਵੀ ਉਹ ਕੰਸਰਨਡ ਏਜੰਟ ਜਾਂ ਉਹਦੇ ਕੋਲ ਜਾ ਕੇ ਇਹ ਕਹਿੰਦੇ ਵੀ ਸਾਨੂੰ ਕਿਸੇ ਵੀ ਤਰ੍ਹਾਂ ਭੇਜ ਦਿਉ ਵੈਰੀ ਰਾਈਟ ਜੀ ਰਾਈਟ ਉਹ ਕਿਤੇ ਨਾ ਕਿਤੇ ਜਿਹੜੀ ਤੁਹਾਡੀ ਉਹਨੂੰ ਪ੍ਰਮੋਟ ਕਰ ਰਹੇ ਨੇ ਜ਼ਿਆਦਾ ਕਰੋਸਟ ਹੀ ਹੈਗੀ ਉਹਦਾ ਨਜਾਇਜ਼ ਫਾਇਦਾ ਉਠਾਇਆ ਲਾਲਚ ਦਾ ਉਹ ਜਿਹੜਾ ਬੰਦੇ ਦੇ ਵਿੱਚ ਲਾਲਚ ਹੈ ਨਾ ਵੀ ਮੈਂ ਬਾਹਰ ਜਾਣਾ ਮੈਂ ਕੋਈ ਵੀ ਚੀਜ਼ ਲੈਣੀ ਹੈ ਮੈਂ ਕਹਾਂ ਵੀ ਮੈਂ ਇਹ ਚੀਜ਼ ਲੈਣੀ ਹੈ ਮੈਨੂੰ ਬਾਏ ਹੁੱਕ ਐਂਡ ਕਰੂਕ ਕੇ ਮੈਂ ਇਹ ਚੀਜ਼ ਲੈਣੀ ਲੈਣੀ ਹੈ ਉੱਥੇ ਮੈਂ ਖੁਦ ਹੀ ਠੱਗਿਆ ਜਾ ਰਿਹਾ ਪਰ ਵਕੀਲ ਸਾਹਿਬ ਜਿੱਦਾਂ ਹਨੀ ਵਾਲੀਆ ਜੀ ਨੇ ਦੱਸਿਆ ਵੀ ਬੰਦੇ ਦੀ ਇੰਨੀ ਇੱਛਾ ਹੈਗੀ ਹੈ ਮੈਂ ਇਹ ਚੀਜ਼ ਲੈਣੀ ਹੀ ਲੈਣੀ ਹੈ ਕਿਤੇ ਨਾ ਕਿਤੇ ਉਹ ਬੰਦੇ ਵੀ ਤਾਂ ਗੁਨਾਹਗਾਰ ਹੈਗੇ ਆ ਨਾ ਜਿਹੜੇ ਉਸ ਨੂੰ ਮਿਸ ਰੀਪ੍ਰੈਜੈਂਟ ਕਰਕੇ ਡੈਫੀਨੇਟਲੀ ਦਾਦ ਜੀ ਇਹ ਤਾਂ ਸਦਾ ਹੀ ਹੁੰਦਾ ਜਦੋਂ ਮੇਰੀ ਕੋਈ ਅਨਸੈਸਰੀ ਡਿਮਾਂਡ ਹੈ ਤਾਂ ਉਹਨੂੰ ਪੂਰਾ ਕਰਨ ਕੋਈ ਨਾ ਕੋਈ ਆ ਹੀ ਜਾਏਗਾ ਗੱਲ ਇਹ ਸੀ ਵੀ ਅਸੀਂ ਉਹਨੂੰ ਪ੍ਰਮੋਟ ਕਰ ਰਹੇ ਹਾਂ ਅਸੀਂ ਇੱਦਾਂ ਦਾ ਮਾਹੌਲ ਤਿਆਰ ਕਰ ਰਹੇ ਹਾਂ ਵੀ ਇੱਦਾਂ ਦੇ ਫਰੋਡਸਟਰਸ ਵੱਧਦੇ ਜਾ ਰਹੇ ਨੇ ਕਿਉਂਕਿ ਜਿਵੇਂ ਬਾਲੀਆ ਜੀ ਨੇ ਕਿਹਾ ਇਹ ਕੰਮ ਸੌਖਾ ਲੱਗਣ ਲੱਗ ਗਿਆ ਜੀ ਜੇ ਕੋਈ ਆਦਮੀ ਪੈਸੇ ਚੱਕੀ ਆ ਰਿਹਾ ਵੀ ਮੈਨੂੰ ਲੁੱਟ ਲਓ ਤਾਂ ਉਹਦੇ ਲਈ ਆਪਾਂ ਇਹ ਮਿਊਚੁਅਲ ਚੀਜ਼ ਹੈ ਅੱਜ ਕੱਲ੍ਹ ਕਈ ਇਹੋ ਜਿਹੇ ਵੀ ਬੜੇ ਸਟੂਡੈਂਟ ਨੇ ਉਹ ਜਦੋਂ ਕਿਸੇ ਕੰਸਲਟੈਂਟ ਕੋਲ ਜਾਂਦੇ ਨੇ ਇੱਕ ਸਟੂਡੈਂਟ ਕੋਲ ਰਾਈਟ ਹੈਗਾ ਉਹ ਪੁੱਛਦਾ ਵੀ ਕੀ ਤੂੰ ਕੁਆਲੀਫਾਈਡ ਹੈ ਅਸੀਂ ਕਿਸੇ ਡਾਕਟਰ ਕੋਲ ਜਾਣਾ ਡਾਕਟਰ ਦਾ ਮਤਲਬ ਕੀ ਹੈ ਉਹਦੇ ਕੋਲ ਕੁਆਲੀਫਿਕੇਸ਼ਨ ਕੁਆਲੀਫਾਈਡ ਡਿਗਰੀ ਹੈ ਇੱਕ ਆਰਕੀਟੈਕਟ ਕੋਲ ਜਾ ਰਹੇ ਉਹਦੇ ਕੋਲ ਆਰਕੀਟੈਕਟ ਕੋਲ ਕੁਆਲੀਫਾਈਡ ਡਿਗਰੀ ਹੈ ਕੋਈ ਵੀ ਤੁਸੀਂ ਕੋਈ ਪਲੰਬਰ ਹੈ ਪਲੰਬਰ ਵੀ ਇੱਕ ਉਹ ਕੁਆਲੀਫਾਈਡ ਹੈ ਕਿਤੇ ਨਾ ਕਿਤੇ ਜਦੋਂ ਅਸੀਂ ਕੰਸਲਟੈਂਟ ਕੋਲ ਜਾ ਰਹੇ ਹਾਂ ਤਾਂ ਉਹ ਕਿੱਥੇ ਕੁਆਲੀਫਾਈਡ ਹੈ ਉਹ 12ਵੀਂ ਪਾਸ ਹੈ ਗ੍ਰੈਜੂਏਟ ਹੈ ਮਾਸਟਰਸ ਹੈ ਉੱਥੇ ਉਹਦੀ ਕੀ ਕੁਆਲੀਫਿਕੇਸ਼ਨ ਹੈ ਅਸੀਂ ਦੇਖਦੇ ਹੀ ਨਹੀਂ ਹੈ ਪੁੱਛਣਾ ਵੀ ਨਹੀਂ ਚਾਹੁੰਦੇ ਲੋਕ ਬੱਚੇ ਪੁੱਛਣ ਤਾਂ ਉੱਥੇ ਗਲਤ ਏਜੰਟ ਫਸਿਆ ਜਾਏਗਾ ਉੱਥੇ ਠੱਗੀ ਨਹੀਂ ਹੋਏਗੀ ਆਮ ਜਿਨ੍ਹਾਂ ਨੂੰ ਇਹਦੇ ਵਿੱਚ ਅਵੇਅਰਨੈਸ ਦੀ ਬਹੁਤ ਵੱਡੀ ਕਮੀ ਹੈ ਕਿਉਂਕਿ ਆਮ ਸਟੂਡੈਂਟ ਨੂੰ ਜਾਂ ਆਮ ਬੱਚੇ ਨੂੰ ਜੋ ਵੀ ਇੰਟਰਸਟਡ ਪਾਰਟੀ ਹੈ ਬਾਹਰ ਜਾਣ ਦੇ ਵਿੱਚ ਉਹਨੂੰ ਇਹ ਪਤਾ ਵੀ ਨਹੀਂ ਵੀ ਇਹਦੀ ਕੋਈ ਕੁਆਲੀਫਿਕੇਸ਼ਨ ਹੁੰਦੀ ਹੈ ਸਰ ਸਾਰੀ ਵੈਬਸਾਈਟਸ ਦੇ ਉੱਤੇ ਤੁਸੀਂ ਕੈਨੇਡੀਅਨ ਵੈਬਸਾਈਟ
ਸਹੀ ਢੰਗ ਦੇ ਨਾਲ ਇੱਕ ਨਾ ਅੱਜ ਕੱਲ੍ਹ ਬੜਾ ਚੱਲਦਾ ਜੀ ਮੇਰੀ ਤਾਂ ਸੈਟਿੰਗ ਹੈ ਅੰਬੈਸੀ ਦੇ ਵਿੱਚ ਇਹ ਬੜਾ ਸੌਖਾ ਪੁਆਇੰਟ ਹੈਗਾ ਵੀ ਮੇਰੀ ਸੈਟਿੰਗ ਹੈ ਬੰਦਾ ਕਹਿੰਦਾ ਕਿਹੜੀ ਸੈਟਿੰਗ ਹੈ ਤੁਹਾਡੀ ਔਰ ਜਿਹੜਾ ਬੰਦਾ ਸੈਟਿੰਗ ਕਹਿੰਦਾ ਨਾ ਉਸ ਬੰਦੇ ਨੂੰ ਅੰਬੈਸੀ ਦੇ ਇੱਕ ਤਾਂ ਸਪੈਲਿੰਗ ਨਹੀਂ ਪਤਾ ਹੁੰਦੇ ਤੇ ਉਹ ਬੰਦੇ ਨੇ ਦਿੱਲੀ ਏਅਰਪੋਰਟ ਦੇ ਐਂਟਰ ਅੱਜ ਤੱਕ ਜ਼ਿੰਦਗੀ ਦੇ ਵਿੱਚ ਨਹੀਂ ਕਦੀ ਕੀਤਾ। ਅੱਛਾ ਇਹਦੇ 'ਚ ਵਾਲੀਆ ਸਾਹਿਬ ਮੈਂ ਇੱਕ ਹੋਰ ਗੱਲ ਕਹਿਣੀ ਚਾਹੂੰਗਾ ਜਿਹੜੀ ਤੁਸੀਂ ਸੈਟਿੰਗ ਵਾਲੀ ਗੱਲ ਕੀਤੀ, ਅੱਜ ਨਿਊਜ਼ ਪੇਪਰ ਦੇਖੋ ਬਹੁਤ ਸਾਰੀਆਂ ਫੇਸਬੁੱਕ 'ਤੇ ਜਾਂ ਸੋਸ਼ਲ ਸਾਈਟਸ 'ਤੇ ਦੇਖਣ ਨੂੰ ਮਿਲਦਾ ਆਹ ਵਰਲਡ ਕੱਪ ਆ ਗਿਆ, ਵਰਲਡ ਕੱਪ ਦੇਖਣ ਚਲੇ ਜਾਓ, ਠੀਕ ਹੈ ਜੀ, ਵਿਸਾਖੀ ਕ੍ਰਿਸਮਸ ਮਨਾਉਣ ਚਲੇ ਜਾਓ, ਵਿਸਾਖੀ ਆ, ਵਿਸਾਖੀ ਕੈਨੇਡਾ 'ਚ ਮਨਾਓ। ਮੈਨੂੰ ਇੱਕ ਦਿਨ ਦੇਖ ਕੇ ਕਾਫ਼ੀ ਹਾਸੋਹੀਣਾ ਵੀ ਲੱਗਾ ਵੀ ਵਿਸਾਖੀ ਪੰਜਾਬ ਦਾ ਤਿਉਹਾਰ ਹੈ। ਮੈਂ ਜੀ ਕੱਲ੍ਹ ਇਹ ਤੁਹਾਡਾ ਪੁਆਇੰਟ ਬੜਾ ਵਧੀਆ, ਮੈਂ ਕੱਲ੍ਹ ਇਹ ਹੁਣ ਦੇਖਿਓ ਜੀ ਅਗਲੇ ਸਮੇਂ ਦੇ ਵਿੱਚ ਕਾਫ਼ੀ ਲੋਕ ਹੁਣ ਠੱਗੇ ਜਾਣਗੇ ਪੁਆਇੰਟ, ਆ ਹੁਣੇ ਹੀ ਦੇਖਿਆ ਕਿ ਅਮੈਰੀਕਾ ਦੇ ਵਿੱਚ ਜੀ ਵਿਸਾਖੀ ਮਨਾਈ ਜਾਏਗੀ, ਹੁਣ ਇਹਦੇ 'ਤੇ ਦੇਖਿਓ ਐਡਵਰਟੀਜ਼ਮੈਂਟਸ ਆਉਣਗੀਆਂ ਵਿਸਾਖੀ ਮਨਾਉਣ ਅਮਰੀਕਾ ਜਾਓ। ਉਹ ਯਾਰ ਵਿਸਾਖੀ ਇੱਥੇ ਦਾ ਤਿਉਹਾਰ ਹੈ, ਤੁਸੀਂ ਅਮਰੀਕਾ ਕੀ ਕਰਨ ਜਾਓਗੇ? ਬਹੁਤ ਸਾਰੀਆਂ ਐਡਸ ਇੱਦਾਂ ਦੀਆਂ ਆ ਰਹੀਆਂ ਵਕੀਲ ਸਾਹਿਬ ਵੀ ਟੂਰਿਸਟ ਵੀਜ਼ਾ ਅਸੀਂ ਤੁਹਾਡਾ ਸੈਟਿੰਗ ਨਾਲ ਕਰਵਾ ਦਿਆਂਗੇ, ਜਾਂ ਟੂਰਿਸਟ ਵੀਜ਼ਾ ਦੇ ਵਿੱਚ ਤੁਹਾਡੇ ਬੈਂਕ ਬੈਲੈਂਸ ਜਾਂ ਡਾਕੂਮੈਂਟ ਜਾਂ ਤੁਹਾਡੀ ਕਿਤੇ ਨਾ ਕਿਤੇ ਮਿਸ ਰੀਪ੍ਰੈਜੈਂਟੇਸ਼ਨ ਕਰਕੇ ਅੰਬੈਸੀ ਨੂੰ ਕੰਸਲਟੈਂਟ ਨਾ ਜੀ ਇਮੋਸ਼ਨਸ ਨਾਲ ਖੇਡਦੇ ਆ। ਪ੍ਰੋਬਲਮ ਹੈ ਵਾਲੀ ਜੀ ਇਹ ਕਾਫੀ ਥੋੜਾ ਜਿਹਾ ਡੂੰਘਾਈ ਨਾਲ ਜਾਈਏ ਤਾਂ ਇਹ ਪਿੱਛੇ ਤੱਕ ਜਾਂਦੀ ਹੈ ਵੀ ਇੰਨੀ ਲੋੜ ਹੀ ਕਿਉਂ ਹੈ ਜੋ ਮੈਂ ਡਿਮਾਂਡ ਐਂਡ ਸਪਲਾਈ ਦੀ ਗੱਲ ਸ਼ੁਰੂ ਕੀਤੀ ਸੀ ਕਿ ਇੱਥੇ ਕੀ ਇਨਫਰਾਸਟ੍ਰਕਚਰ ਦੀ ਕਮੀ ਹੈ ਸਾਡੇ ਜਾਂ ਫਰੀਡਮ ਦੀ ਕਮੀ ਹੈ, ਉਹ ਕਿਹੜੀ ਚੀਜ਼ ਹੈ ਜੋ ਸਾਡੇ ਸਟੂਡੈਂਟਸ ਨੂੰ ਸਾਡੇ ਬੱਚਿਆਂ ਨੂੰ ਉੱਧਰ ਖਿੱਚਦੀ ਹੈ? ਲਾਲਚ ਹੈ ਜੀ ਸਾਰਾ। ਇੱਕ ਘੁੰਮਣ ਲਈ ਜਾਣਾ ਇੱਕ ਹੋਰ ਚੀਜ਼ ਹੈ, ਵਧੀਆ ਗੱਲ ਹੈ, ਵੱਡੇ ਹੋਵੋ ਆਪਣੇ ਪੈਰਾਂ 'ਤੇ ਖੜੇ ਹੋ ਦੁਨੀਆ ਦੇਖੋ, ਉਹ ਅਲੱਗ ਚੀਜ਼ ਹੈ ਵੀ ਮੈਂ ਉੱਥੇ ਹੀ ਰਹਿ ਜਾਵਾਂ, ਉੱਥੇ ਹੀ ਵੱਸ ਜਾਵਾਂ, ਕਿਸੇ ਵੀ ਹਾਲਤ 'ਚ ਕਿਸੇ ਵੀ ਕੰਡੀਸ਼ਨਸ 'ਤੇ ਚਲੇ ਜਾਵਾਂ। ਇਹ ਜਿਹੜੀ ਸੋਚ ਪੈ ਗਈ ਹੈ ਇਹਦੇ ਵਿੱਚ ਸਾਡੀਆਂ ਸਰਕਾਰਾਂ ਵੀ ਅਸੀਂ ਸਾਰੇ ਹੀ ਕਿਤੇ ਨਾ ਕਿਤੇ ਜ਼ਿੰਮੇਵਾਰ ਹਾਂ। ਨਹੀਂ ਸਰ ਉਹਦੇ 'ਚ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਵੀ ਬਹੁਤ ਸਾਰੇ ਏਜੰਟਾਂ ਦੁਆਰਾ ਮਿਸ ਜਿਹੜੇ ਹੈਗੀ ਰੀਪ੍ਰਜੈਂਟ ਤੁਹਾਡੀ ਪ੍ਰੋਫਾਈਲ ਨੂੰ ਕੀਤਾ ਜਾਂਦਾ, ਤੁਹਾਡੇ ਤੋਂ ਪਾਸਪੋਰਟ ਫੜ ਕੇ ਤੁਹਾਨੂੰ ਟੂਰਿਸਟ ਵੀਜ਼ੇ ਦੀਆਂ ਗਰੰਟੀਆਂ ਦਿੱਤੀਆਂ ਜਾਂਦੀਆਂ, ਵਿਸਾਖੀ ਦਾ ਮੇਲਾ ਦੇਖਣ ਜਾਓ ਤੁਸੀਂ, ਵਰਲਡ ਕੱਪ ਦੇਖਣ ਜਾਓ, ਤੁਹਾਨੂੰ ਅਸੀਂ ਬਿਜ਼ਨਸਮੈਨ ਸ਼ੋਅ ਕਰ ਦਿਆਂਗੇ, ਇਹ ਕਰ ਦਾਂਗੇ, ਉਹ ਕਰ ਦਾਂਗੇ। ਉਸ ਤੋਂ ਬਾਅਦ ਕੀ ਆ, ਬੱਚੇ ਤੋਂ ਪੈਸੇ ਨਹੀਂ ਪਹਿਲਾਂ ਲੈਂਦੇ, ਅੰਬੈਸੀ ਫੀਸ ਉਹ ਖੁਦ ਲਗਾ ਕੇ ਜੂਆ ਖੇਡਦੇ ਆ, ਤਾਂ ਬਟ ਉਹਦੇ 'ਚ ਕੀ ਹੁੰਦਾ ਵੀ ਬੱਚੇ ਦੀ ਰਿਫਿਊਜ਼ਲ ਲੱਗ ਜਾਂਦੀ ਆ ਜਾਂ ਕੈਂਡੀਡੇਟ ਦੀ ਟੂਰਿਸਟ ਵੀਜ਼ਾ 'ਤੇ ਰਿਫਿਊਜ਼ਲ ਲੱਗ ਜਾਂਦੀ ਆ, ਉਹਨੂੰ ਬਾਅਦ 'ਚ ਇਹ ਵੀ ਨਹੀਂ ਪਤਾ ਹੁੰਦਾ ਵੀ ਮੇਰੀ ਪ੍ਰੋਫਾਈਲ ਅੰਬੈਸੀ ਦੀ ਕਿਹੜੀ ਸਬਮਿਟ ਕੀਤੀ ਗਈ ਆ, ਬਟ ਇਹਦੇ ਅਗੇਂਸਟ ਕੈਂਡੀਡੇਟ ਕੀ ਲੀਗਲ ਐਕਸ਼ਨ ਲੈ ਸਕਦਾ? ਲੀਗਲ ਐਕਸ਼ਨ ਤਾਂ ਜਦੋਂ ਇੱਕ ਵਾਰ ਫਰੋਡ ਹੋ ਗਿਆ, ਸਾਰੀਆਂ IPC ਦੀਆਂ ਧਾਰਾ ਹੈ, 420 ਦਾ ਕੇਸ ਹੋ ਗਿਆ, ਲੇਕਿਨ ਉਹ ਪ੍ਰੋਸੈਸ ਲੰਬਾ ਹੈ, ਆਪਾਂ ਜ਼ਿਆਦਾ ਇਹਦੀ ਕੋਸ਼ਿਸ਼ ਕਰਾਂਗੇ ਇਹਨੂੰ ਪ੍ਰੀਵੈਂਟਿਵ ਦੀ। ਜਦੋਂ ਹੋ ਜਾਂਦਾ ਉਹ ਤਾਂ ਸਾਡੇ ਕੋਲ ਬਹੁਤ ਕੇਸ ਆਉਂਦੇ ਹੀ ਨੇ, ਸੈਂਕੜੋਂ, ਮਤਲਬ ਏਜੰਟ ਜਿਹੜਾ ਤੁਸੀਂ ਕਹਿੰਦੇ ਕੰਸਲਟੈਂਟ, ਇਸ ਦੇ ਅਗੇਂਸਟ ਸ਼ਿਕਾਇਤ ਪਹਿਲਾਂ ਕਬੂਤਰਬਾਜ਼ੀ ਕਹਿੰਦੇ ਸੀ, ਔਰ ਹਾਈਕੋਰਟ, ਮੈਂ ਪਰਟੀਕੁਲਰ ਗੱਲ ਕਰਾਂ ਪੰਜਾਬ ਹਰਿਆਣਾ ਦੀ, ਤਾਂ ਬਹੁਤ ਸੀਰੀਅਸਲੀ ਵੀ ਲੈਂਦੀ ਹੈ ਇਹਨਾਂ ਕੇਸਿਸ ਨੂੰ, ਲੇਕਿਨ ਬਹੁਤ ਹੀ ਘੱਟ ਕੇਸ ਉੱਥੇ ਤੱਕ ਪਹੁੰਚ ਪਾਉਂਦੇ ਨੇ, ਬਹੁਤ ਬੰਦੇ ਸ਼ਿਕਾਇਤ ਨਹੀਂ ਕਰਦੇ ਸ਼ਿਕਾਇਤ ਕਰਨ ਦੀ, ਕਿਉਂਕਿ ਜੋ ਸਾਡਾ ਲੀਗਲ ਪ੍ਰੋਸੀਜਰ ਹੈ ਉਹ ਇੰਨਾ ਕੰਪਲੀਕੇਟਡ ਹੈ, ਬੀਇੰਗ ਐਡਵੋਕੇਟਰੀ ਮੈਂ ਦੱਸ ਰਿਹਾ ਤੁਹਾਨੂੰ ਵੀ ਬਹੁਤ ਘੱਟ ਬੰਦੇ ਹੈ ਜਿਹੜੇ ਇਹ ਪਰਸਿਊ ਕਰ ਪਾਉਂਦੇ ਉਸ ਨੂੰ, ਨਹੀਂ ਤਾਂ ਉੱਥੇ ਉੱਥੇ ਰਹਿ ਕੇ ਬੰਦਾ 4 ਚੱਕਰ ਲਗਾਏ, 6 ਚੱਕਰ ਲਗਾਏ, ਕੁਛ ਨਾ ਕੁਛ ਸੈਟਲਮੈਂਟ ਹੋ ਗਈ, ਉਹ ਮਨ ਮਹਿਸੂਸ ਕਰ ਰਿਹਾ ਸਟੂਡੈਂਟ ਤਾਂ ਉੱਥੇ ਫਸ ਜਾਂਦੇ ਨੇ ਜੀ, ਪੈਸੇ ਜੀ ਵੀਜ਼ੇ ਤੋਂ ਬਾਅਦ ਜਿਹੜੇ ਇਹੋ ਜਿਹੇ ਬੰਦੇ ਕਹਿੰਦੇ ਨੇ ਨਾ, ਉਹ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਪੈਸੇ ਲੈਂਦੇ ਨੇ ਉਹਨਾਂ ਤੋਂ, ਬੱਚਿਆਂ ਤੋਂ। ਦੂਸਰੀ ਗੱਲ ਮੈਂ ਵਾਲੀਆ ਜੀ ਫਿਰ ਉਸ ਸਵਾਲ 'ਤੇ ਮੁੜ ਕੇ ਆਊਂਗਾ, ਮੈਂ ਜਿੱਦਾਂ ਤੁਹਾਨੂੰ ਪਹਿਲਾਂ ਹੀ ਆਪਾਂ ਸਟਾਰਟਿੰਗ 'ਤੇ ਕੀਤਾ ਸੀ, 1 ਦਹਾਕੇ ਤੋਂ ਤੁਸੀਂ ਇਸ ਇੰਡਸਟਰੀ 'ਚ ਸਰਵਿਸ ਦੇ ਰਹੇ ਹੋ, ਤੁਹਾਡੇ ਦੇਖਣ 'ਚ ਕਿੰਨੇ ਕੁ ਲੋਕ ਆਏ ਅਤੇ ਕਿੰਨੇ ਕੁ ਲੋਕ ਭੱਜੇ? ਜਿੰਨੇ ਜ਼ਿਆਦਾ ਆਏ ਨੇ ਜੀ ਉਸ ਤੋਂ ਜ਼ਿਆਦਾ ਭੱਜ ਗਏ ਨੇ, ਜਿੰਨੇ ਜ਼ਿਆਦਾ ਆਏ ਉਸ ਤੋਂ ਜ਼ਿਆਦਾ ਭੱਜ ਗਏ ਨੇ, ਕਿਉਂ? ਇੱਕ ਇੰਡਸਟਰੀ ਦੇ ਵਿੱਚ ਮੈਂ ਰੋਜ਼, ਮੈਨੂੰ ਲੱਗਦਾ ਵੀ ਮੈਨੂੰ ਕਿੰਨੇ 12-13 ਸਾਲ ਹੋ ਗਏ, ਰੋਜ਼ ਮੈਨੂੰ ਕੋਈ ਨਾ ਕੋਈ ਪੁੱਛਦਾ ਜੀ ਵਾਲੇ ਜੀ ਇਮੀਗ੍ਰੇਸ਼ਨ ਦਾ ਆਫਿਸ ਖੋਲ ਲਈਏ, ਸਟੂਡੈਂਟ ਵੀਜ਼ਾ ਦਾ ਜੀ ਕੰਮ ਕਰ ਲਈਓ, ਫਲਾਣਾ ਦੇਖਦਾ ਜੀ ਉਹ ਸਾਲ ਕੁ ਬਾਅਦ ਖੁੱਲਿਆ ਹੁੰਦਾ ਅਤੇ ਫਿਰ ਕਿਸੇ ਹੋਰ ਨਾਮ 'ਤੇ ਖੁੱਲਿਆ ਹੁੰਦਾ, ਉਹ ਭੱਜ ਜਾਂਦਾ। ਆ ਹੁਣ ਤਾਂ ਸਰਕਾਰਾਂ ਨੇ ਚਲੋ ਇੱਕ ਬੰਦਿਸ਼ਾਂ ਕਰਤੀਆਂ ਵੀ ਜੀ ਤੁਸੀਂ ਸਾਰੀ ਡਿਟੇਲਸ ਦਿਓ ਕਿੱਥੇ ਤੁਹਾਡੀ ਫੈਮਿਲੀ ਆਈ ਹੈ, ਉਹ ਇੱਕ ਵਧੀਆ ਚੀਜ਼ ਕੀਤੀ ਹੈ, ਲੇਕਿਨ ਇੱਕ ਸਟੂਡੈਂਟ ਨੂੰ ਵੈਰੀਫਿਕੇਸ਼ਨ ਕਿਸੇ ਵੀ ਕੰਸਲਟੈਂਟ ਵਾਲੇ ਕਰ ਲੈਣੀ ਚਾਹੀਦੀ ਵੀ ਕਿੱਥੇ ਦਾ ਰਹਿਣ ਵਾਲਾ, ਕੀ ਕੰਮ ਕਰਦਾ, ਉਹ ਕਿੰਨੀ ਦੇਰ ਤੋਂ ਕੰਮ ਕਰ ਰਿਹਾ, ਉਹ ਕੀ ਐਕਸਪੀਰੀਅੰਸ ਆ ਉਹਦਾ। ਦੋਸਤੋ ਇਸ ਵਾਰਤਾਲਾਪ ਨੂੰ ਇਉਂ ਹੀ ਅੱਗੇ ਲੈ ਕੇ ਚੱਲਾਂਗੇ, ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਮਿਲਦੇ ਹਾਂ ਜਲਦੀ ਬ੍ਰੇਕ ਤੋਂ ਬਾਅਦ। ਦੋਸਤੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦਾ ਤੁਹਾਡਾ ਪ੍ਰੋਗਰਾਮ ਮੁੱਦੇ ਦੇ ਨੇੜੇ 'ਚ। ਜਿੱਦਾਂ ਕਿ ਅਸੀਂ ਵਾਰਤਾਲਾਪ ਚੱਲ ਰਹੀ ਸੀ, ਜਿਹੜੇ ਲੋਕ ਸ਼ਟਰ ਸਿੱਟ ਕੇ ਜਾਂ ਸਿਸਟਮ ਦੇ ਵਿੱਚ ਆ ਕੇ ਕੰਮ ਕਰਦੇ ਆ ਅਤੇ ਬਹੁਤ ਜਲਦੀ ਉਹ ਫਰਾਰ ਹੋ ਜਾਂਦੇ ਆ, ਜਿੱਦਾਂ ਵਾਲੀਆ ਸਾਹਿਬ ਨੇ ਇੱਕ ਬੜੀ ਵਧੀਆ ਗੱਲ ਦੱਸੀ ਕਿ ਹੁਣ ਸਰਕਾਰ ਨੇ ਕਾਫੀ ਬੰਦਿਸ਼ਾਂ ਜਿਹੜੀਆਂ ਹੈਗੀਆਂ, ਕਾਫੀ ਜਿਹੜੇ ਰੂਲ ਰੈਗੂਲੇਸ਼ਨ ਆ ਉਹਨੂੰ ਸਟ੍ਰਿਕਟ ਕੀਤਾ ਹੈਗਾ, ਹੁਣ ਇੱਕ ਜਿਹੜਾ ਲਾਇਸੈਂਸ ਹੈਗਾ ਪੰਜਾਬ ਗੌਰਮੈਂਟ ਦੁਆਰਾ ਬਕਾਇਦਾ ਇਮੀਗ੍ਰੇਸ਼ਨ ਦੇ ਬਿਜ਼ਨਸ ਦੇ ਲਈ ਇਸ਼ੂ ਕੀਤਾ ਜਾਂਦਾ, ਜਿਹਦੇ ਤਹਿਤ ਜਿਹੜਾ ਬੰਦਾ ਲਾਇਸੈਂਸ ਹੋਲਡਰ ਹੈਗਾ ਉਹਦੀ ਪੂਰੀ ਪੁਲਿਸ ਵੈਰੀਫਿਕੇਸ਼ਨ
ਲਾਇਸੈਂਸ ਦਿੱਤਾ ਜਾਂਦਾ, ਪਰ ਇਸ ਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਲਾਇਸੈਂਸ ਲੈ ਕੇ ਇਹਦੀ ਦੁਰਵਰਤੋਂ ਕਰੇ। ਜਿੱਦਾਂ ਅਸੀਂ ਲਾਸਟ ਐਪੀਸੋਡ ਦੇ ਵਿੱਚ ਦੱਸਿਆ ਸੀ ਵੀ ਸਰਕਾਰੀ ਬੰਦਾ ਹੋ ਕੇ ਗੈਰ ਸਰਕਾਰੀ ਕੰਮ ਕਰਨ ਲੱਗ ਜਾਂਦੇ ਆ ਲੋਕ, ਲਾਇਸੈਂਸ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਗਲਤ ਰਸਤੇ ਦਿਖਾਏ ਜਾਂਦੇ ਆ। ਪਰ ਉਹ ਜਿੱਦਾਂ ਵਾਲੀਆ ਸਾਹਿਬ ਨੇ ਦੱਸਿਆ ਕਿ ਬਹੁਤ ਥੋੜ੍ਹੇ ਔਫਿਸ ਖੁੱਲ੍ਹਦੇ ਆ ਅਤੇ ਜ਼ਿਆਦਾ ਬੰਦ ਹੁੰਦੇ ਆ। ਵਾਲੀਆ ਸਾਹਿਬ, ਹੋਰ ਤੁਹਾਡਾ ਕੀ ਸੁਝਾਅ ਕਿ ਬੱਚਾ ਜਦੋਂ ਜਾਂਦਾ ਉਹਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜਿੱਥੋਂ ਉਹਨੂੰ ਪਤਾ ਲੱਗ ਸਕੇ ਵੀ ਇਹ ਜੈਨੂਅਨ ਕੰਸਲਟੈਂਟ ਆ, ਇਹ ਮੇਰੀ ਪ੍ਰੋਫਾਈਲ ਨੂੰ, ਇਹਦੇ 'ਚ ਕੋਈ ਦੋਰਾ ਨਹੀਂ ਹੈਗੀ ਵੀ ਜੈਨੂਅਨ ਕੰਸਲਟੈਂਟ ਤੋਂ ਰਿਫਿਊਜ਼ਲ ਨਹੀਂ ਆਉਂਦੀ, ਕਿਉਂਕਿ ਇੱਕ ਚੰਗੇ ਡਾਕਟਰ ਤੋਂ ਵੀ ਇਲਾਜ ਦੌਰਾਨ ਬਿਲਕੁਲ ਬਿਲਕੁਲ ਗਲਤੀਆਂ ਹੁੰਦੀਆਂ ਜਾਂ ਗਲਤੀਆਂ ਨਹੀਂ ਤਾਂ ਜਾਨ ਜਾ ਸਕਦੀ ਹੈ। ਵੀਜ਼ੇ ਜੀ ਕੰਸਲਟੈਂਟ ਨੇ ਨਹੀਂ ਲਵਾਉਣਾ, ਇੱਕ ਬੱਚੇ ਦੇ ਡਾਕੂਮੈਂਟ ਨੇ ਲਗਾਉਣਾ, ਇੱਕ ਕੰਸਲਟੈਂਟ ਕੋਲ ਜਾ ਰਹੇ ਕਿ ਉਹ ਕੁਆਲੀਫਾਈਡ ਹੈ, ਕਿ ਉਹ ਰਜਿਸਟਰਡ ਹੈਗਾ, ਕਿ ਉਹਦੇ ਜਿਹੜੇ ਕਾਉਂਸਲਰਸ ਹੈ। ਅੱਜ ਕੱਲ੍ਹ ਤਾਂ ਮਾਲਕ ਨੂੰ ਤਾਂ ਕੋਈ ਮਿਲਦਾ ਹੀ ਨਹੀਂ ਹੈਗਾ ਜੀ, ਮਾਲਕ ਦਾ ਤਾਂ ਪਤਾ ਹੀ ਨਹੀਂ ਹੁੰਦਾ ਕਿੱਥੇ ਹੁੰਦਾ, ਕਾਉਂਸਲਰਸ ਹੀ ਸਾਰਾ ਡੀਲ ਕਰ ਰਹੀਆਂ ਹੁੰਦੀਆਂ ਨੇ। ਉਸ ਤੋਂ ਇਲਾਵਾ ਉਹਦੀ ਕੀ ਉਸ ਕਾਲਜ ਦੇ ਨਾਲ ਐਫੀਲੇਸ਼ਨ ਹੈ, ਜਿਹੜੇ ਕਾਲਜ ਜਾਂ ਯੂਨੀਵਰਸਿਟੀ ਜਾਂ ਜਿਹੜੀ ਕੰਟਰੀ ਦੇ ਵਿੱਚ ਇੱਕ ਸਟੂਡੈਂਟ ਜਾ ਰਿਹਾ, ਕੀ ਉਸ ਜਿਹੜਾ ਕੰਸਲਟੈਂਟ ਹੈ ਉਹਨੂੰ ਨੌਲੇਜ ਹੈ, ਉਹ ਕਿਤੇ ਜਿਵੇਂ ਕਹਿੰਦੇ ਨੇ ਵੀ ਇੱਥੋਂ ਲੈ ਕੇ ਅੱਗੇ ਤੁਹਾਨੂੰ ਤਾਂ ਨਹੀਂ ਪਕੜਾ ਰਿਹਾ ਫਾਈਲ, ਇਹ ਚੀਜ਼ਾਂ ਤਾਂ ਨਹੀਂ ਹੋ ਰਹੀਆਂ ਵੀ ਅੱਗੇ ਤੋਂ ਅੱਗੇ ਕਿਤੇ ਫਾਈਲ ਪਕੜਾ ਰਿਹਾ, ਕੀ ਉਹ ਡਾਇਰੈਕਟ ਡੀਲ ਕਰ ਰਿਹਾ ਉਸਨੂੰ, ਕਿ ਉਹ ਫੀਸ ਦਾ ਜੋ ਵੀ ਉਹਦੇ ਵਿੱਚ ਫਾਈਨੈਂਸ਼ੀਅਲ ਜਿਹੜੇ ਉਹ ਨੇ ਐਸਪੈਕਟਸ ਨੇ ਵੀ ਕਿੰਨਾ ਖਰਚਾ ਆਉਣਾ, ਅੰਬੈਸੀ ਫੀਸ ਕੀ ਹੋਣੀ ਹੈ, ਕੀ ਉਹਨੂੰ ਪ੍ਰੋਪਰ ਕਲੀਅਰ ਹੈਗਾ। ਇਹ ਵਾਲੀਆ ਸਾਹਿਬ, ਤੁਹਾਡੀ ਗੱਲ ਦੇ ਵਿੱਚੋਂ ਇੱਕ ਬੜਾ ਵਧੀਆ ਸਵਾਲ ਮੇਰੇ ਸਾਹਮਣੇ ਆਇਆ, ਮੈਂ ਵਕੀਲ ਸਾਹਿਬ ਨੂੰ ਪੁੱਛਣਾ ਚਾਹੂੰਗਾ। ਸਰ, ਜਿੱਦਾਂ ਇਹਨਾਂ ਨੇ ਦੱਸਿਆ ਵੀ ਬਹੁਤ ਸਾਰੇ ਜਿਹੜੇ ਮਾਲਕ ਹੈਗੇ ਉਹ ਮਿਲਦੇ ਹੀ ਨਹੀਂ, ਜੋ ਅਸੀਂ ਪਿਛਲੇ ਕੁਝ ਐਪੀਸੋਡ ਦੇ ਵਿੱਚ ਵੇਖਿਆ ਵੀ ਕੁਝ ਕੌਂਸਲਰਸ ਮੂਹਰੇ ਬਿਠਾ ਤੇ, ਕੁਝ ਲੜਕੀਆਂ ਲੜਕੀਆਂ ਨੇ ਰੀਪ੍ਰੈਜੈਂਟ ਕੀਤਾ ਆਫਿਸ ਨੂੰ, ਔਰ ਜਿਹੜੇ ਕੇਸ ਆ ਉਹ ਵੀ ਉਹਨਾਂ ਕੌਂਸਲਰਸ 'ਤੇ ਹੋ ਰਹੇ ਆ, ਮਾਲਕ ਆਪਣੀ ਸਕਿੰਨ ਨੂੰ ਸੇਫ ਕਰ ਰਹੇ ਆ। ਇਹਦੇ 'ਚ ਤੁਸੀਂ ਜਿਹੜਾ ਕਾਨੂੰਨੀ ਢੰਗ ਤਰੀਕੇ ਨਾਲ ਜਿਹੜਾ ਹੈਗਾ ਉਹਨੂੰ ਕਿਸ ਤਰ੍ਹਾਂ ਬਿਆਨ ਕਰੋਗੇ ਜੀ? ਲਾਇਬਿਲਟੀ ਤਾਂ ਦੀਦਾਰ ਜੀ, ਜੋ ਵੀ ਬੰਦਾ ਡੀਲ ਕਰ ਰਿਹਾ ਉਹਦੀ ਬੰਦੀ ਬਣਦੀ ਹੈ, ਲੇਕਿਨ ਵਾਇਕੇਰੀਅਸ ਲਾਇਬਿਲਟੀ ਉਹਦੇ ਜਿਹੜਾ ਓਨਰ ਹੈ, ਜੋ ਮਾਲਕ ਹੈ, ਉਹਦੀ ਵੀ ਡੈਫੀਨੇਟਲੀ ਹੈ। ਇਹ ਇੱਕ ਚੀਟਿੰਗ ਪ੍ਰੈਕਟਿਸ ਹੀ ਹੋ ਗਈ। ਮੈਂ ਤਾਂ ਬਾਰ ਬਾਰ ਉਸੇ ਗੱਲ 'ਤੇ ਆਉਂਦਾ ਵੀ ਇੱਕ ਕਿਉਂ ਹੋ ਪਾਉਂਦੀ ਹੈ, ਇਹ ਪੋਸੀਬਲ ਕਿਉਂ ਹੁੰਦਾ? ਐਡਾ ਐਡਾ ਜੋ ਇਨਫਰਾਸਟਰਕਚਰ, ਵੱਡੇ ਵੱਡੇ ਆਫਿਸਿਸ, ਤੁਸੀਂ ਦੇਖੋ ਕਿ ਜਿੰਨੇ ਚੀਟਰ ਬੈਠੇ ਆ ਉਹਨਾਂ ਦੇ ਜ਼ਿਆਦਾ ਵੱਡੇ ਸ਼ੀਸ਼ੇ ਲੱਗੇ, ਜ਼ਿਆਦਾ ਲੜਕੀਆਂ ਬੈਠੀਆਂ, ਕੌਂਸਲਰ ਬੈਠੇ ਆ, ਤਾਂ ਉਨਾ ਹੀ ਜ਼ਿਆਦਾ ਬਿਊਟੀਫੁਲ ਹੋਏਗਾ। ਤੁਹਾਨੂੰ ਜਦੋਂ ਕਾਨੂੰਨੀ ਤੌਰ 'ਤੇ ਤੁਹਾਡਾ ਵਾਸਤਾ ਪੈਂਦਾ ਜੀ, ਤੁਹਾਨੂੰ ਕੀ ਲੱਗਦਾ ਵੀ ਜਿਹੜੀਆਂ ਇਹ ਚੀਟਰਸ ਲੜਕੀਆਂ ਜਾਂ ਲੜਕੇ ਬੈਠੇ ਆ ਕੌਂਸਲਰ, ਉਹਨਾਂ ਦੀ ਕਿਸੇ ਮਜਬੂਰੀ ਦਾ ਨਜਾਇਜ਼ ਫਾਇਦਾ ਲਿਆ ਜਾਂਦਾ, ਜਾਂ ਫਿਰ ਉਹਨਾਂ ਨੂੰ ਪਤਾ ਨਹੀਂ, ਜਾਂ ਫਿਰ ਉਹ ਵੀ ਜਾਣ ਬੁੱਝ ਕੇ ਇਸ ਜਾਲ ਦੇ ਵਿੱਚ ਫਸੇ ਹੋਏ ਆ? ਇਕਨੋਮਿਕ ਮਜਬੂਰੀ ਹੈ, ਪਤਾ ਤਾਂ ਲੱਗ ਹੀ ਜਾਂਦਾ ਅਸੀਂ ਜਿੱਥੇ ਵੀ ਕੰਮ ਕਰਦੇ ਹੈਗੇ ਆ, ਕਿਸੇ ਕੋਈ ਵੀ ਬਿਜ਼ਨਸ ਦੇ ਵਿੱਚ ਐਂਪਲੋਈਜ਼ ਨੇ, ਉਹ ਕਹਿੰਦਾ ਮੈਂ ਤਾਂ ਜੋਬ ਕਰ ਰਿਹਾ ਜੀ, ਮੈਂ ਤਾਂ ਮੈਨੂੰ ਸੈਲਰੀ ਮਿਲ ਰਹੀ ਹੈ, ਮੈਂ ਜੋਬ ਕਰ ਰਿਹਾ, ਮੈਂ ਰਿਪ੍ਰੈਜ਼ੈਂਟ ਤੁਹਾਨੂੰ ਕਰ ਰਿਹਾ। ਨਹੀਂ ਪਰ ਕਿਤੇ ਨਾ ਕਿਤੇ ਨੈਤਿਕਤਾ ਤੋਂ ਗਿਰ ਕੇ ਹੀ ਜੋਬ ਕਰਨੀ ਹੁੰਦੀ ਹੈ ਇਸ ਤਰ੍ਹਾਂ ਦੀ। ਕਰੈਕਟਰ ਦੀ ਵੀਕਨੈਸ ਵਾਲੀਆ ਸਾਹਿਬ ਹੈ ਹੀ ਹੈ, ਬਿਲਕੁਲ। ਜਦੋਂ ਉਸ ਤੋਂ ਇਲਾਵਾ ਬੰਦੇ ਕੋਲ ਆਪਸ਼ਨ ਨਹੀਂ ਹੈ ਜੀ, ਇੱਕ ਬੰਦਾ ਕਹਿੰਦਾ ਮੈਂ ਭੁੱਖਾ ਮਰਨ ਤੋਂ ਬੈਟਰ ਹੈ ਵੀ ਮੈਂ ਕਰੈਕਟਰ ਤੋਂ ਗਿਰ ਜਾ। ਸਭ ਤੋਂ ਜ਼ਿਆਦਾ ਹੁਣ ਤੁਸੀਂ ਇੰਡਸਟਰੀ ਦੇ ਵਿੱਚ ਇੱਕ ਵਾਈਟ ਕਾਲਰ ਜੋਬ ਇਮੀਗ੍ਰੇਸ਼ਨ ਕੰਸਲਟੈਂਟਸ ਦੀ ਹੈ, ਡੋਰ ਟੂ ਡੋਰ ਮਾਰਕੀਟਿੰਗ ਕੋਈ ਕਰਨਾ ਨਹੀਂ ਚਾਹੁੰਦਾ, ਦੁਕਾਨਾਂ 'ਤੇ ਕੋਈ ਬੈਠਣਾ ਨਹੀਂ ਚਾਹੁੰਦਾ, ਵੱਡੇ ਵੱਡੇ ਆਫਿਸਰਸ ਕਿੱਥੇ ਨੇ ਜੀ, ਸਾਰਾ ਦਿਨ ਏਸੀ ਦੇ ਵਿੱਚ ਬੈਠੇ ਹੋ, ਸਾਰਾ ਦਿਨ ਕੌਫੀਆਂ ਪੀ ਰਹੇ ਹੋ, ਕੋਲਡ ਡਰਿੰਕ ਪੀ ਰਹੇ ਹੋ, ਕਿੱਥੇ ਪੀ ਰਹੇ ਹੋ? ਕੰਸਲਟੈਂਟ ਦੇ ਆਫਿਸ ਦੇ ਵਿੱਚ ਹੋਰ ਤੁਹਾਨੂੰ ਕਿੱਥੇ? ਕੁੜੀਆਂ ਨੇ, ਕੁੜੀਆਂ ਬਾਹਰ ਜਾ ਕੇ ਨਹੀਂ ਕੁੜੀਆਂ ਕੁਝ ਕੰਮ ਕਰ ਸਕਦੀਆਂ ਨੇ, ਪੇਰੈਂਟਸ ਦੀ ਕੋਈ ਇਹ ਹੁੰਦੀ ਹੈ ਵੀ ਤੁਸੀਂ ਦੂਰ ਨਹੀਂ ਜਾਣਾ, ਉਹ ਕਹਿੰਦੇ ਤੁਸੀਂ ਆਫਿਸ ਦੇ ਵਿੱਚ ਬੈਠ ਕੇ ਕਿ ਉਹ ਸਿਟਿੰਗ ਜੋਬ ਹੈ, ਕਾਊਂਸਲਰ ਤੋਂ ਵੱਡੀ ਕੋਈ ਜੋਬ ਹੀ ਨਹੀਂ ਹੈ ਜੀ। ਫਿਰ ਉਹ ਕੀ ਕਰਨ, ਉਹਨਾਂ ਕੋਲ ਆਪਸ਼ਨ ਹੀ ਨਹੀਂ ਹੈ, ਜਾਂ ਤਾਂ ਹੋਵੇ ਨਾ ਵੀ ਕਿਤੇ ਜੋਬ ਉਹਦੇ ਕੋਲ ਆਪਸ਼ਨ ਮਿਲ ਜੇ। ਪਹਿਲਾਂ ਪ੍ਰੋਪਰਟੀ ਡੀਲਰਸ ਕੋਲ ਕੰਮ ਹੁੰਦੇ ਸੀਗੇ ਜ਼ਿਆਦਾ, ਪ੍ਰੋਪਰਟੀ ਡੀਲਰਾਂ ਦੀਆਂ ਦੁਕਾਨਾਂ ਬੰਦ ਨੇ ਅਤੇ ਜਿਹੜੇ 90% ਪ੍ਰੋਪਰਟੀ ਡੀਲਰ ਨੇ ਉਹ ਕੰਸਲਟੈਂਟ ਬਣ ਗਏ ਨੇ, ਉਹ ਕਹਿੰਦੇ ਪਹਿਲਾਂ ਤਾਂ ਅਸੀਂ ਡੀਲਿੰਗ 'ਚ ਕਮਾ ਲਿਆ ਪੈਸਾ, ਹੁਣ ਕੰਸਲਟੈਂਟ 'ਚ ਕਮਾ ਰਹੇ ਹਾਂ। ਇੱਕ ਹਿਸਾਬ ਨਾਲ ਉਹ ਕਿਸੇ ਦੇ ਫਿਊਚਰ ਨੂੰ ਐਜ਼ ਏ ਵਪਾਰ ਹੀ ਲੈ ਰਹੇ ਆ, ਵਪਾਰ ਉਹਨਾਂ ਦਾ ਮੇਨਲੀ ਮਕਸਦ ਜਿਹੜਾ ਹੈਗਾ ਕਿਸੇ ਦੇ ਫਿਊਚਰ ਦਾ ਵਪਾਰ ਕਰਨਾ, ਟ੍ਰੇਡਿੰਗ ਕਰਨੀ। ਪਰ ਦੋਸਤੋ, ਪੈਸਾ ਤੁਹਾਡਾ ਇਨਵੋਲਵ ਆ, ਸੋਚਣਾ ਤੁਸੀਂ ਆ। ਜਿੱਦਾਂ ਵਾਲੀਆ ਸਾਹਿਬ ਨੇ ਬਹੁਤ ਅੱਛੀ ਗੱਲ ਕਹੀ ਵੀ ਤੁਹਾਡਾ ਰਾਈਟ ਬਣਦਾ, ਜਿਸ ਬੰਦੇ ਨੂੰ ਤੁਸੀਂ ਆਪਣਾ ਭਵਿੱਖ ਸੋਪਣ ਜਾ ਰਹੇ ਹੋ, ਤੁਸੀਂ ਇੱਕ ਸ਼ਰਟ ਖਰੀਦਣੀ ਹੈ, ਚਾਰ ਸਟੋਰ 'ਤੇ ਜਾਂਦੇ ਹੋ, ਇੱਕ ਮੈਡੀਸਨ ਲੈਣੀ ਆਪਣੇ ਸਿਹਤ ਲਈ, ਕਿਸੇ ਨੂੰ ਕੰਸਲਟ ਕਰਨਾ ਅਤੇ ਚੰਗਾ ਡਾਕਟਰ ਦੇਖਦੇ ਹੋ, ਤਾਂ ਇੱਦਾਂ ਹੀ ਤੁਸੀਂ ਆਪਣੇ ਜੇ ਜ਼ਿੰਦਗੀ ਦਾ, ਜੇ ਆਪਣੇ ਭਵਿੱਖ ਦਾ ਸੌਦਾ ਕਰਨ ਚੱਲੇ ਹੋ, ਤਾਂ ਤੁਹਾਡੀ ਰਿਸਪੋਂਸੀਬਿਲਟੀ ਬਣਦੀ ਆ ਵੀ ਇੱਕ ਚੰਗੇ ਕੰਸਲਟੈਂਟ ਨੂੰ ਦੇਖਣਾ ਕੀ ਉਹਦੀ ਐਜੂਕੇਸ਼ਨ ਕਿੰਨੀ ਆ, ਕੀ ਉਹਦੀ ਫੈਮਿਲੀ ਬੈਕਗਰਾਊਂਡ ਕੀ ਆ, ਉਹਦਾ ਘਰ ਪਰਿਵਾਰ ਬਾਰੇ ਤੁਹਾਨੂੰ ਕੀ ਪਤਾ, ਉਹਦੇ ਰੈਜੀਡੈਂਸ਼ੀਅਲ ਡਰੈਸ ਬਾਰੇ ਤੁਹਾਨੂੰ ਕੀ ਪਤਾ, ਉਹ ਕਿੰਨੇ ਸਮੇਂ ਤੋਂ ਉਸ ਦਫ਼ਤਰ ਦੇ ਵਿੱਚ ਹੈਗਾ, ਉਸ ਪ੍ਰੋਪਰਟੀ ਨਾਲ ਉਹਦੀ ਕੀ ਅਟੈਚਮੈਂਟ ਹੈਗੀ ਆ, ਕੀ ਉਹ ਪੰਜਾਬ ਸਰਕਾਰ ਦੁਆਰਾ ਲਾਇਸੈਂਸ ਸ਼ੁਦਾ ਹੈ ਜਾਂ ਨਹੀਂ। ਬਹੁਤ ਸਾਰੇ ਲੋਕਾਂ ਨੇ ਜਿਹੜੀ ਕੰਪਨੀ ਨੂੰ ਕਾਰਪੋਰੇਸ਼ਨ ਕਰਾ ਕੇ ਲਿਖਿਆ ਹੋਇਆ ਕਿ ਇਹ ਕੰਪਨੀ ਭਾਰਤ ਸਰਕਾਰ ਦੁਆਰਾ ਮਨਜ਼ੂਰ ਸ਼ੁਦਾ, ਅਤੇ ਗੁੰਮਰਾਹ ਕੀਤਾ ਜਾ ਰਿਹਾ ਲੋਕਾਂ ਨੂੰ। ਜਿਹੜਾ ਪੰਜਾਬ ਸਰਕਾਰ ਦੁਆਰਾ
ਇਸ ਤੋਂ ਇਲਾਵਾ ਉਹ ਕਿਹੜੀ ਕੰਟਰੀ ਦੇ ਕਾਲਜ ਪ੍ਰਮੋਟ ਕਰ ਰਿਹਾ? ਕਿਉਂਕਿ ਮੈਂ ਗੱਲ ਕਰਦਾ ਜਿੱਦਾਂ ਜੋਰਜੀਆ ਪਿੱਛੇ ਜੇ ਕਾਫੀ ਗੱਲ ਚੱਲੀ, ਬਿਲਕੁਲ ਜੋਰਜੀਆ ਜ਼ਮੀਨਾਂ ਲੈ ਲਓ, ਜੋਰਜੀਆ ਸਟੂਡੈਂਟ ਵੀਜ਼ੇ ਤੇ ਚਲੇ ਜਾਓ, ਇਸ ਤਰ੍ਹਾਂ ਹੀ ਸਾਈਪ੍ਰਸ ਦੀ ਗੱਲ ਆ ਗਈ, ਇੱਦਾਂ ਦੀਆਂ ਬੜੀਆਂ ਕੰਟਰੀਆਂ ਆਉਂਦੀਆਂ, ਉਹ 6 ਮਹੀਨੇ 'ਚ ਏਜੰਟ ਪੈਸੇ ਲੈ ਕੇ ਫਰਾਰ ਹੋ ਜਾਂਦੇ ਆ ਤੇ ਮਗਰੋਂ ਉਹਨਾਂ ਦਾ ਕੁਝ ਨਹੀਂ ਬਣਦਾ। ਇਹਨਾਂ ਕੰਟਰੀਜ਼ ਦੀ ਗੱਲ ਕਰ ਰਹੇ ਹੋ, ਮੈਂ ਪਿਛਲੇ ਸਾਲ ਕੈਨੇਡਾ ਸੀ, ਕੈਨੇਡਾ ਦੇ ਵਿੱਚ ਹਰ ਸਟੂਡੈਂਟ ਦੇ ਵਿੱਚੋਂ ਹਰ ਦੂਜਾ ਸਟੂਡੈਂਟ ਕਹਿ ਰਿਹਾ ਵੀ ਮੈਂ ਤਾਂ ਜੀ ਫਸ ਗਿਆ ਜੀ ਇੱਥੇ, ਮੈਂ ਤਾਂ ਆਪਣੇ ਛੋਟੇ ਭਰਾ ਭਰਾ ਨੂੰ ਕਹਿ ਰਿਹਾ ਵੀ ਉਰੇ ਨਾ ਆਓ। ਗੱਲ ਕੋਈ ਕੰਟਰੀ ਮਾੜੀ ਨਹੀਂ ਹੈ ਜੀ, ਇੰਡੀਆ 'ਚ ਲੋਕ ਪੈਸੇ ਨਹੀਂ ਕਮਾਉਂਦੇ, ਕਰੋੜਾਂ ਰੁਪਇਆ ਲੋਕਾਂ ਕੋਲ ਹੈ ਜੀ ਇੰਡੀਆ ਦੇ ਵਿੱਚ। ਆਪਣੇ ਇੰਡੀਆ ਦੇ ਵਿੱਚ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਦੁਨੀਆ ਦਾ ਸਭ ਤੋਂ ਅਮੀਰ ਘਰ ਇੰਡੀਆ ਦੇ ਵਿੱਚ ਹੈ, ਅੰਬਾਨੀ ਜੀ ਦਾ, ਦੁਨੀਆ ਦਾ ਸਭ ਤੋਂ ਅਮੀਰ ਘਰ ਇੰਡੀਆ 'ਚ ਹੈ, ਫਿਰ ਅਸੀਂ ਕੈਨੇਡਾ ਕੀ ਕਰਨ ਜਾ ਰਹੇ ਹਾਂ? ਜਿਹਨੇ ਕੰਮ ਕਰਨਾ ਉਰੇ ਵੀ ਕਰ ਸਕਦਾ ਬੰਦਾ ਕੰਮ। ਐਗਜੈਕਟਲੀ ਵਾਲੀਆ ਜੀ, ਇਹ ਜਿਹੜੀ ਚੱਕਾ ਚੌਂਦ ਹੈ ਨਾ, ਇਹਦਾ ਸਿਰਫ ਸਾਡੀ, ਅਸੀਂ ਇੱਦਾਂ ਹੀ ਹੈ ਵੀ ਜੀ ਉਹ ਤੁਸੀਂ ਪੀਲੀ ਪੱਗ ਬੰਨੀ ਹੈ ਜੀ, ਮੈਂ ਪੀਲੀ ਬੰਨਣਾ, ਤੁਹਾਨੂੰ ਪੀਲੀ ਸੋਹਣੀ ਲੱਗਦੀ ਹੈ, ਮੈਨੂੰ ਪੀਲੀ ਥੋੜ੍ਹੀ ਨਾ ਸੋਹਣੀ ਲੱਗੇਗੀ ਯਾਰ। ਕੋਈ ਬੰਦੇ ਦੀ ਸਮੋਸਿਆਂ ਦੀ ਰੇਹੜੀ ਚੱਲ ਰਹੀ ਹੈ, ਕਿਸੇ ਦਾ 5-star ਹੋਟਲ ਚੱਲਦਾ, 5-star ਹੋਟਲ ਵੀ ਡੈੱਡ ਤੁਸੀਂ ਮਰੇ ਹੋਏ ਦੇਖ ਲਓ, ਕਈ ਰੇਹੜੀਆਂ ਤੋਂ ਬਹੁਤ ਪੈਸਾ ਕਮਾ ਰਹੇ ਨੇ। ਕੰਮ ਜਿੱਥੇ ਮਿਹਨਤ ਕਰੋਗੇ ਤੁਸੀਂ, ਕੰਮ ਤਾਂ ਹਰ ਜਗ੍ਹਾ ਜੀ, ਪੈਸਾ ਹਰ ਜਗ੍ਹਾ। ਇੱਥੇ ਲੋਕ ਦਿਨ ਦੇ ਲੱਖਾਂ ਲੱਖਾਂ ਰੁਪਇਆ ਕਮਾਉਂਦੇ ਨੇ ਜੀ, ਬਹੁਤ ਨੇ, ਤੁਹਾਡੇ ਨੈਟਵਰਕ 'ਚ ਬਹੁਤ ਹੋਣਗੇ, ਸਰ ਦੇ ਨੈਟਵਰਕ 'ਚ ਬਹੁਤ ਹੋਣਗੇ, ਮੇਰੇ ਨੈਟਵਰਕ 'ਚ ਬਹੁਤ ਨੇ। ਇਹ ਤਾਂ ਸਿਰਫ ਉਹ ਹੈ ਵੀ ਸਿਰਫ ਅਸੀਂ ਨਾ ਲਾਲਚ 'ਚ ਪੈ ਜਾਂਦੇ ਜੀ, ਫਲਾਣਾ ਕੋਈ ਰਿਸ਼ਤੇਦਾਰ ਆ ਗਿਆ, ਉਹਨੇ ਸੋਨੇ ਦੇ ਚੇਨ ਪਾਈ ਹੈ, ਲੇਕਿਨ ਉਹ ਆਏ ਨਹੀਂ ਪਤਾ ਵੀ ਉਹ ਵਿਚਾਰਾ ਉੱਥੇ ਸਟੋਰ ਦੇ ਉੱਤੇ 10 ਘੰਟੇ ਰੈਗੂਲਰ ਕੰਮ ਕਰਦਾ। ਮੈਂ ਗਰੰਟੀ ਦਿੰਦਾ ਵੀ ਜਿਹੜਾ ਬੰਦਾ ਉਰੇ 10 ਘੰਟੇ ਰੈਗੂਲਰ ਕੰਮ ਕਰ ਲਿਆ, ਉਹ ਤੋਂ ਜ਼ਿਆਦਾ ਸੈਟਿਸਫਾਈ ਹੋਏਗਾ ਅਤੇ ਉਸ ਤੋਂ ਜ਼ਿਆਦਾ ਪੈਸੇ ਕਮਾਏਗਾ। ਬਹੁਤ ਹੀ ਅੱਛੀ ਗੱਲ ਆ ਵਕੀਲ ਸਾਹਿਬ, ਤੁਹਾਡਾ ਦੇ ਬਾਰੇ ਕੀ ਵਿਚਾਰ ਹੈ? ਯੈਸ, ਇਹ ਵਾਲੀਆ ਜੀ ਜੋ ਤੁਸੀਂ ਗੱਲ ਕੀਤੀ ਵੀ ਸਮੋਸੇ ਦੀ ਕੋਈ ਰੇਹੜੀ ਲਾਵੇ ਅਤੇ ਹੋਟਲ, ਉਰੇ ਸਾਰੀਆਂ ਓਪਰਚੁਨਿਟੀਜ਼ ਅਵੇਲੇਬਲ ਨੇ। ਪਹਿਲਾਂ ਆਪਾਂ ਗੱਲ ਕਰ ਰਹੇ ਸੀ ਨੈਤਿਕਤਾ ਦੀ, ਇਹ ਨੈਤਿਕਤਾ ਦੇ ਮਿਆਰ ਦਾ ਨੀਚੇ ਗਿਰਨਾ ਹੀ ਹੈ। ਉਹਨੂੰ 17 ਯਾਦ ਆਉਂਦੀਆਂ, ਉਹ ਗੁਰਦਾਸ ਮਾਨ ਜੀ ਦਾ ਇੱਕ ਗਾਣਾ ਹੈਗਾ ਕਿ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਿਸ਼ਾਂ ਕਰੀਏ। ਪਹਿਲਾਂ ਆਪਾਂ ਗੱਲ ਕਰਕੇ ਹਟਿਆ ਵੀ ਜਸਟ ਕੋਈ ਵੀ ਗਰਲਸ ਕਹੀਏ ਜਾਂ ਬੋਇਜ਼ ਕਹੀਏ, ਜਿਹੜੇ ਵੀ ਇਹ ਈਜ਼ੀਨੈਸ ਦੇ ਵਿੱਚ ਨਾ ਵੀ ਨਾਲ ਦੀ ਨਾਲ ਤੁਹਾਨੂੰ 20-30 ਹਜ਼ਾਰ ਜਿਹੜਾ ਹੈਗਾ ਇੱਕ ਨੌਕਰੀ ਮਿਲ ਜਾਂਦੀ ਹੈ, ਜਦਕਿ ਜੇ ਥੋੜ੍ਹੀ ਜਿਹੀ ਮਿਹਨਤ ਕੀਤੀ ਜਾਵੇ ਸਾਡੇ ਬੱਚੇ ਇੱਥੇ ਕਰਨ ਇਸ ਲੈਂਡ ਦੇ ਵਿੱਚ, ਹੁਣ ਤਾਂ ਇਹ ਲੈਂਡ ਆਫ ਓਪਰਚੁਨਿਟੀ ਹੈ, ਬਿਲਕੁਲ ਕੋਈ ਕਮੀ ਹੀ ਨਹੀਂ ਹੈ, ਔਰ ਉਹਨੂੰ ਕਿਸੇ ਵੀ ਹੱਦ ਤੱਕ ਲਿਜਾਇਆ ਜਾ ਸਕਦਾ ਇੱਕ ਛੋਟੀ ਸੋਚ ਜਾਂ। ਮੈਂ ਸਰ ਤੁਹਾਡੀ ਵੀ ਗੱਲ ਦੇ ਨਾਲ ਸਹਿਮਤ ਹਾਂ ਅਤੇ ਵਾਲੀਆ ਸਾਹਿਬ ਦੀ ਗੱਲ ਦੇ ਨਾਲ ਵੀ ਸਹਿਮਤ ਹਾਂ, ਪਰ ਗੱਲ ਫਿਰ ਜਿਹੜੇ ਆਪਾਂ ਬੱਚੇ ਐਕਸਪਲੋਰ ਕਰਨਾ ਚਾਹੁੰਦੇ, ਚਲੋ ਦਿਲੀ ਇੱਛਾ ਹੈਗੀ ਆ ਬੱਚਿਆਂ ਦੀ, ਜਾਣਾ ਚਾਹੁੰਦੇ ਆ, ਇੱਥੇ ਅਪਰਚੁਨਿਟੀਜ਼ ਹੈਗੀਆਂ ਬਹੁਤ, ਪਰ ਪੰਜਾਬੀ ਦੀ ਇੱਕ ਕਹਾਵਤ ਆ ਵੀ ਮੱਛੀ ਪੱਤਰ ਚੱਟ ਕੇ ਮੁੜਦੀ ਹੈ, ਜਾਂ ਕੁਛ ਕੁ ਸਾਡੇ ਜਿਹੜੇ ਹਾਲਾਤ ਹੈਗੇ ਆ ਮੁਲਕ ਦੇ ਇਸ ਟਾਈਮ, ਪੇਰੈਂਟਸ ਸੇਫ ਫੀਲ ਕਰਦੇ ਆ ਕਿਉਂਕਿ ਪਿੰਡਾਂ ਦੇ ਵਿੱਚ ਮਾਹੌਲ ਬਹੁਤ ਖਰਾਬ ਹੋ ਗਿਆ, ਉਹ ਚਾਹੁੰਦੇ ਕਿ ਸਾਡਾ ਬੱਚਾ ਜੇ ਕੈਨੇਡਾ ਪੜ੍ਹਨ ਚਲਿਆ ਜਾਂਦਾ ਤਾਂ ਸੇਫ ਮਾਹੌਲ 'ਚ ਆ, ਕਿਉਂਕਿ ਜਿੱਦਾਂ ਚਿੱਟੇ ਦੀ ਗੱਲ ਕਰੀਏ ਜਾਂ ਹੋਰ ਕਈ ਜਿਹੜੀਆਂ ਗੰਦੀਆਂ ਘਟੀਆ ਸਮਾਜਿਕ ਬਿਮਾਰੀਆਂ ਜਾਂ ਕੁਰੀਤੀਆਂ ਹੈਗੀਆਂ, ਇਹ ਚੀਜ਼ਾਂ ਤੋਂ ਬਿਲਕੁਲ ਰਹੀਆਂ ਸਮਾਜਿਕ, ਇਸ ਤੋਂ ਡਰ ਕੇ ਲੋਕ ਕਹਿੰਦੇ ਨੇ ਵੀ ਬਾਹਰ ਡਰ ਕੇ ਚਾਹੁੰਦੇ ਆ ਵੀ ਸਾਡਾ ਬੱਚਾ ਬਾਹਰ ਸੈਟਲਡ ਹੋ ਜਾਏ, ਸਿਕਿਓਰ, ਉਹਨਾਂ ਦੀ ਇਸ ਡਰ ਦਾ, ਉਹਨਾਂ ਦੇ ਇਸ ਸੋਚ ਦਾ ਜਿਹੜੇ ਕੰਸਲਟੈਂਟ ਨਜਾਇਜ਼ ਫਾਇਦਾ ਚੁੱਕ ਰਹੇ, ਉਹਨਾਂ ਦੇ ਪ੍ਰਤੀ ਤੁਸੀਂ ਕੀ ਕਹਿਣਾ ਚਾਹੋਗੇ ਵੀ ਸਰਕਾਰ ਨੇ ਜਿੱਦਾਂ ਲਾਇਸੈਂਸਿੰਗ ਪਾਲਿਸੀ ਸ਼ੁਰੂ ਕਰਤੀ, ਇਸ ਤੋਂ ਇਲਾਵਾ ਤੁਹਾਡਾ ਕੋਈ ਸੁਝਾਅ ਹੋਵੇ ਵੀ ਉਹਨਾਂ ਨੂੰ ਨੱਥ ਕਿੱਦਾਂ ਪਾਈ ਜਾ ਸਕਦੀ ਹੈ? ਲਾਇਸੈਂਸਿੰਗ ਅਥਾਰਟੀ ਹੈ ਨਾ, ਲਾਇਸੈਂਸ ਕਿਸੇ ਵੀ ਚੀਜ਼ ਦਾ ਦੀਦਾਰ ਜੀ, ਜਸਟ ਐਲੀਜੀਬਿਲਿਟੀ ਹੈ, ਉਹਦੇ ਵਿੱਚ ਵੀ ਬੜੀਆਂ ਹਾਲੇ ਤੱਕ ਖਾਮੀਆਂ ਨੇ, ਇੰਪਰੂਵਮੈਂਟ ਹੋ ਰਹੀ ਹੈ ਡੇ ਬਾਈ ਡੇ, ਅਫਸਰਸ਼ਾਹੀ ਆ ਜਾਂਦੀ ਹੈ ਜਦੋਂ ਵੀ ਕੋਈ ਲਾਇਸੈਂਸਿੰਗ ਹੁੰਦੀ ਹੈ, ਲਾਇਸੈਂਸਿੰਗ ਆਪਣੇ ਆਪ 'ਚ ਕੋਈ ਪੈਨਾਸੀਆ ਜਿਹਨੂੰ ਕਹੀਏ ਵੀ ਰਾਮਬਾਨ, ਉਹ ਚੀਜ਼ ਨਹੀਂ ਹੈਗੀ ਹੈ। ਚਲੋ ਦੈਟ ਇਜ਼ ਜਸਟ ਫਸਟ ਸਟੇਜ, ਉਹ ਫਿਰ ਜਿਹੜੇ ਬੰਦੇ ਆਪਾਂ ਕਹਿ ਰਹੇ ਹਾਂ ਵੱਡੇ ਵੱਡੇ ਆਫਿਸਿਸ ਵਾਲੇ, ਚਾਹੇ ਉਹ ਚੀਟਰ ਹੈ ਚਾਹੇ ਉਹ ਕੁਛ ਵੀ ਹੈ, ਉਹ ਮੈਨੀਪੁਲੇਸ਼ਨ ਦੇ ਨਾਲ ਉਹ ਵੀ ਐਲੀਜੀਬਿਲਟੀ ਕ੍ਰਾਈਟੀਰੀਆ ਮੀਟ ਆਊਟ ਕਰ ਜਾਂਦੇ ਆ ਸੂਨਰ ਔਰ ਲੇਟਰ, ਲੇਕਿਨ ਉਸ ਤੋਂ ਬਾਅਦ ਗੱਲ ਤਾਂ ਉੱਥੇ ਦੀ ਉੱਥੇ ਹੀ ਆ ਗਈ। ਤੁਸੀਂ ਆਪਣੇ ਇਸ ਦਹਾਕੇ ਦੇ ਦੌਰਾਨ ਤੁਸੀਂ ਪ੍ਰੈਕਟਿਸ ਕਰ ਰਹੇ ਹੋ, ਤੁਸੀਂ ਦੇਖਿਆ ਵੀ ਕਿਸੇ ਬਹੁਤ ਵੱਡੇ ਚੀਟਰ ਨੂੰ ਕਿਸੇ ਬੰਦੇ ਨੇ ਹਿੰਮਤ ਕੀਤੀ ਹੋਵੇ ਅਤੇ ਨੱਥ ਪਾਈ ਹੋਵੇ, ਤਾਂ ਤੁਹਾਡੇ ਕਿੰਨੇ ਕੁ ਦੇਖਣ 'ਚ ਆਏ ਸਾਰੇ ਕੇਸਿਸ? ਬਹੁਤ ਆਏ ਦੀਦਾਰ ਜੀ, ਲੇਕਿਨ ਮੈਕਸੀਮਮ ਕੇਸਿਸ 'ਚ ਉਹ ਇੰਨੇ ਕੁ ਮੈਨੀਪੁਲੇਟਿਵ ਰਹੇ ਆ ਬੰਦੇ, ਮੈਂ ਕਨਵਿਕਸ਼ਨ ਨਹੀਂ ਦੇਖੀ, ਉਹ ਸੈਟਲਮੈਂਟ ਹੋ ਜਾਂਦੀ ਹੈ ਕਿਸੇ ਵੀ ਸਟੇਜ 'ਤੇ ਹੋਵੇ ਪੋਲੀਟੀਕਲ ਪ੍ਰੈਸ਼ਰ ਪਾ ਕੇ, ਕਿਉਂਕਿ ਲੋਕਾਂ ਦਾ ਪੈਸਾ ਇਨਵੋਲਵ ਆ, ਹਰ ਬੰਦੇ ਦੀ ਸੋਚ ਹੈ ਵੀ ਮੇਰਾ ਪੈਸਾ ਮੈਨੂੰ ਵਾਪਸ ਮਿਲ ਜੇ, ਤਾਂ ਉਹ ਸੈਟਲਮੈਂਟ ਦੇ ਵਿੱਚ ਨਿਪਟ ਜਾਂਦੇ ਨੇ, ਆਲਰੇਡੀ ਹਰਾਸ ਹੋ ਰਿਹਾ, ਰਿਪੀਟਡ ਕਨਵਿਕਸ਼ਨ ਹੋਣ ਤਾਂ ਇੱਕ ਡੈਟਰੈਂਟ ਇਫੈਕਟ ਹੁੰਦਾ, ਉਹ ਇਸ ਇੰਡਸਟਰੀ 'ਚ ਨਹੀਂ ਆ ਰਿਹਾ, ਕਿਸੇ ਨੂੰ ਇਹ ਸੁਣਦਾ ਨਹੀਂ, ਔਰ ਜ਼ਿਆਦਾਤਰ ਜੋ ਚਾਹੇ ਉਹ ਸਾਡੇ ਐਡਮਿਨਿਸਟ੍ਰੇਸ਼ਨ ਦੀ ਵੀਕਨੈਸ ਹੈ, ਸਾਡੇ ਸੋਸਾਇਟੀ ਦੀ ਵੀਕਨੈਸ ਹੈ, ਜਿਹੜੇ ਬੰਦੇ ਕੋਲ ਜ਼ਿਆਦਾ ਪੈਸਾ ਉਹ ਕਹਿੰਦਾ ਕਰ ਲਾਂਗੇ, ਅਕਸਰ ਇਹ ਸੋਚ ਹੁੰਦੀ ਹੈ, ਚੰਗੀ ਨਹੀਂ ਬਟ ਇਹ ਸੋਚ ਹੈ, ਇਸ ਚੀਜ਼ ਕਰਕੇ ਉਹ ਅੱਗੇ ਅੱਗੇ ਵਧੀ ਜਾ ਰਹੇ। ਦੋਸਤੋ ਜਿੱਦਾਂ ਸਰ ਨੇ ਬੜਾ ਹੀ ਵਧੀਆ ਤਰੀਕੇ ਦੇ ਨਾਲ ਦੱਸਿਆ ਵੀ ਇੱਥੇ ਪੈਸਾ ਤੁਹਾਡਾ ਆਪਣਾ ਇਨਵੋਲਵ ਆ, ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਇਲਾਜ ਨਾਲੋਂ ਪਰਹੇਜ਼ ਚੰਗਾ, ਪੰਜਾਬੀ ਦੀ ਇੱਕ ਬੜੀ ਵਧੀਆ ਲਾਈਨ ਆ ਵੀ ਪੈਸੇ ਫਸਾ ਕੇ ਵਾਪਸ ਲੈਣੇ
ਪਰ ਕੋਸ਼ਿਸ਼ ਕਰੋ ਜਿੱਦਾਂ ਵਾਲੀਆ ਸਾਹਿਬ ਨੇ ਪਹਿਲਾਂ ਦੱਸਿਆ ਵੀ ਅਸੀਂ ਪਹਿਲਾਂ ਹੀ ਜੱਜ ਕਰ ਲਈਏ ਕਿ ਅਸੀਂ ਸਹੀ ਰਸਤੇ ਜਾਣਾ ਅਤੇ ਅਸੀਂ ਇਸ ਤਰ੍ਹਾਂ ਦੇ ਜਿਹੜੇ ਦੂਸਰੇ ਰਸਤੇ ਤੋਂ ਪਹਿਲਾਂ ਬਚ ਕੇ ਨਾ ਦਿਓ ਜੀ ਪੈਸੇ ਦੇਖੋ ਐਡਵਾਂਸ ਨਾ ਦਿਓ ਪਤਾ ਹੈ ਸਪੋਜ਼ ਉਹਦੀ ਕਾਲਜ ਫੀਸ ਹੈ ਐਮਬੈਸੀ ਫੀਸ ਹੈ ਕੰਸਲਟੇਸ਼ਨ ਜੋ ਵੀ ਮੰਗ ਰਿਹਾ ਠੀਕ ਹੈ ਉੰਨੀ ਕੁ ਪੈਸੇ ਦੇ ਦਿਓ 2 ਲੱਖ ਦਿੱਤਾ 3 ਲੱਖ ਦਿੱਤਾ ਲੇਕਿਨ ਉਹ ਕਿਉਂ ਦਿੱਤਾ 3 ਲੱਖ ਵਾਲੀਆ ਸਾਹਿਬ ਜਿੱਦਾਂ ਕੋਈ ਇੱਕ ਸਟੂਡੈਂਟ ਹੈਗਾ ਉਹ ਇੱਕ ਕੰਸਲਟੈਂਟ ਨੂੰ ਮਿਲੂਗਾ 2 ਕੰਸਲਟੈਂਟ ਨੂੰ ਮਿਲੂਗਾ 1 ਵਾਰੀ ਮਿਲੂਗਾ 2 ਵਾਰੀ ਮਿਲੂਗਾ ਕੋਈ ਵੀ ਬੰਦਾ ਸਰਚ ਕਰੂਗਾ ਉਹਦਾ ਇੱਕ ਲਿਮਿਟ ਹੋਊਗੀ ਤੁਸੀਂ ਪੂਰੇ 1.5 ਦਹਾਕੇ ਦੇ ਦੌਰਾਨ ਬਹੁਤ ਹੀ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਹੈਗੇ ਆ ਉਹਨਾਂ ਨੂੰ ਪ੍ਰਮੋਟ ਕੀਤਾ ਉਹ ਤੁਹਾਡੇ ਹੱਥਾਂ 'ਚੋਂ ਬਹੁਤ ਛੋਟੇ ਪੱਧਰ ਤੋਂ ਸਟਾਰਟ ਕਰਕੇ ਕਾਫੀ ਵੱਡੇ ਵੱਡੇ ਆਫਿਸਰਾਂ ਤੱਕ ਪਹੁੰਚੇ ਤੁਹਾਡਾ ਜਿਹੜਾ ਸਿੱਟਾ ਕੀ ਆ ਵੀ ਬੱਚੇ ਨੂੰ ਕੋਈ ਛੋਟਾ ਜਿਹਾ ਸਿੱਟਾ ਦੱਸੋ ਇੱਕ ਮੈਸੇਜ ਦੇ ਦੌਰਾਨ ਜਿਸ ਕਾਰਨ ਉਹ ਠੱਗੀ ਤੋਂ ਬਚ ਸਕੇ ਸਭ ਤੋਂ ਪਹਿਲਾਂ ਜੀ ਵੀ ਉਹ ਕਿੰਨੇ ਸਾਲ ਤੋਂ ਕੰਮ ਕਰ ਰਿਹਾ ਕਿਹੜੇ ਕਾਲਜ ਔਰ ਯੂਨੀਵਰਸਿਟੀਜ਼ ਦੇ ਨਾਲ ਉਹਦੇ ਟਾਈ ਅਪਸ ਨੇ ਉੱਥੋਂ ਹੀ ਪਤਾ ਲੱਗ ਜਾਂਦਾ ਅਤੇ ਉਹਦੇ ਕੋਲੋਂ ਕਿਤੇ ਨਾ ਕਿਤੇ ਤੁਹਾਡੇ ਰੈਫਰਲ ਕੇਸਿਸ ਵੀ ਹਾਂ ਮੇਰੇ ਫਲਾਣੇ ਪਿੰਡ ਤੋਂ ਜੀ ਮੇਰੇ ਪਿੰਡ ਤੋਂ ਕੌਣ ਗਿਆ ਸੀਗਾ ਤੁਹਾਡੇ ਥਰੂ ਇੰਨਾ ਕੁ ਚੈੱਕ ਕਰ ਲਓ ਕੋਈ ਗਿਆ ਹੋਇਆ ਉਹਦੀ ਉਹ ਚੈੱਕ ਕਰ ਲਓ ਵੀ ਹਾਂ ਯਾਰ ਵੀ ਤੈਨੂੰ ਕਿੱਦਾਂ ਦੀ ਸਰਵਿਸਿਜ ਮਿਲੀਆਂ ਨੇ ਠੀਕ ਹੈ ਅਗਰ ਉਹਨੇ ਐਗਜ਼ਾਮਪਲ ਹੈ 100 ਕੇਸ ਲਗਾਏ ਹੋਗੇ ਸ਼ਾਇਦ ਉਹਦੇ 90 ਲੱਗ ਗਏ ਹੋਣਗੇ 10 ਰਿਜੈਕਟ ਹੋਏ ਹੋਣਗੇ ਉਹ ਕੋਈ ਮਾੜੀ ਗੱਲ ਨਹੀਂ ਹੈ ਵੀ ਕਿਸੇ ਦਾ ਰਿਜੈਕਟ ਹੋ ਗਿਆ ਉਹਨੇ ਲੇਕਿਨ ਸਹੀ ਗਾਈਡ ਤਾਂ ਕੀਤਾ ਹੋਊਗਾ ਨਾ ਇਹ ਨਾ ਸੋਚੋ ਵੀ ਉਹ ਤੋਂ 1 ਕੇਸ ਰਿਜੈਕਟ ਹੋ ਗਿਆ ਸੀਗਾ ਤੁਸੀਂ ਇਹ ਸੋਚੋ ਵੀ ਉਹਨੇ ਗਾਈਡ ਕਿੱਦਾਂ ਪ੍ਰੋਪਰ ਕੀਤਾ ਤੁਹਾਨੂੰ ਇਹ ਚੀਜ਼ ਸੋਚੋ ਕਿ ਉਹ ਰਜਿਸਟਰਡ ਹੈਗਾ ਇਹਨਾਂ ਚੀਜ਼ਾਂ ਦਾ ਬਸ ਬੇਸਿਕ ਦਾ ਧਿਆਨ ਰੱਖ ਲਓ ਤੁਸੀਂ ਇੱਕ ਵਧੀਆ ਕੰਸਲਟੈਂਟ ਸਿਲੈਕਟ ਕਰ ਲਓ ਜ਼ਿਆਦਾ ਜਿਹੜਾ ਬੰਦਾ ਕਹਿੰਦਾ ਨਾ ਪੈਸਿਆਂ ਪਿੱਛੇ ਜਾਂ ਵੀ ਵਧੀਆ ਵਧੀਆ ਆਫਿਸਰਸ ਪਿੱਛੇ ਉਹਨਾਂ ਪਿੱਛੇ ਨਾ ਜਾਓ ਤੁਹਾਡਾ ਆਪਣਾ ਇੱਕ ਐਲੀਜੀਬਿਲਟੀ ਦੇ ਮੁਤਾਬਿਕ ਕੰਟਰੀ ਚੂਜ਼ ਕਰਕੇ ਅਪਲਾਈ ਕਰ ਲਓ ਅਤੇ ਤੁਹਾਡਾ ਵੀਜ਼ਾ ਲੱਗ ਜਾਣਾ ਆਰਾਮ ਦੋਸਤੋ ਤੁਹਾਡੇ ਭਵਿੱਖ ਦਾ ਸਵਾਲ ਆ ਜਿੱਦਾਂ ਹਨੀ ਵਾਲੀਆ ਜੀ ਨੇ ਔਰ ਵਕੀਲ ਸਾਹਿਬ ਨੇ ਬੜੇ ਵਧੀਆ ਤਰੀਕੇ ਦੇ ਨਾਲ ਸਾਡੇ ਇਸ ਮੰਚ ਦੇ ਜ਼ਰੀਏ ਬਹੁਤ ਹੀ ਜਿਹੜੀ ਵੈਲਿਊਏਬਲ ਇਨਫੋਰਮੇਸ਼ਨ ਸਾਂਝੀ ਕੀਤੀ ਆ ਮੇਰੀ ਇਹ ਦੁਆ ਹੈ ਵੀ ਕੋਈ ਇੱਕ ਸਟੂਡੈਂਟ ਵੀ ਕਿਸੇ ਠੱਗੀ ਤੋਂ ਬਚ ਸਕੇ ਤਾਂ ਮੈਂ ਇਸ ਪ੍ਰੋਗਰਾਮ ਨੂੰ ਸਕਸੈਸਫੁਲ ਸਮਝੂੰਗਾ ਔਰ ਇਹਨਾਂ ਗੱਲਾਂ ਦਾ ਧਿਆਨ ਰੱਖੋ ਕਿਉਂਕਿ ਪੈਸਾ ਤੁਹਾਡਾ ਭਵਿੱਖ ਤੁਹਾਡਾ ਸਾਨੂੰ ਦਿਓ ਇਜਾਜ਼ਤ ਮਿਲਦੇ ਹਾਂ ਅਗਲੇ ਹਫ਼ਤੇ ਕਿਸੇ ਨਵੇਂ ਮੁੱਦੇ ਦੇ ਨਾਲ